ਸੋ ਗੁੱਡ ਮਾਰਨਿੰਗ ਐਵਰੀਵਨ, ਕੀ ਹਾਲ ਹੈ ਜੀ? ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਫਿਰ ਤੋਂ ਹਾਜ਼ਰ ਹਾਂ। ਅੱਜ ਜੀ ਤੀ ਚੌਥਾ ਦਿਨ, ਅਤੇ ਅੱਜ ਜਾ ਰਹੇ ਹਾਂ ਅਸੀਂ ਹਾਈਐਸਟ ਮੋਟੇਬਲ ਰੋਡ ਦੇਖਣ ਦੇ ਲਈ ਅਤੇ ਹਾਈਐਸਟ ਪੋਸਟ ਆਫਿਸ ਦੇਖਣ ਲਈ। ਅਤੇ ਤੁਹਾਨੂੰ ਮਿਲਦੇ ਹਾਂ ਜੀ ਅੱਗੇ। ਮੋਰਨਿੰਗ ਮੋਰਨਿੰਗ ਉੱਠ ਚੁੱਕੇ ਹਾਂ, 7:30 ਹੋ ਚੁੱਕੇ ਹੈਗੇ ਹਾਲੇ ਮੋਰਨਿੰਗ ਦੇ, ਅਤੇ ਠੰਡ ਥੋੜ੍ਹੀ ਹੈਗੀ ਹੈ ਇਸ ਵੇਲੇ, ਅਤੇ ਅੱਜ ਮੈਂ ਸਵੈਟਰ ਵੇਅਰ ਕਰ ਲਿਆ ਹੈਗਾ। ਬਹੁਤ ਸਾਰੇ ਲੋਕ ਪੁੱਛਦੇ ਪਏ ਸੀ ਕਮੈਂਟ ਦੇ ਵਿੱਚ ਕਿ ਤੁਸੀਂ ਲੋਕ ਬਾਈ ਸਵੈਟਰ 'ਚ ਸਵੈਟਰ 'ਚ ਨਹੀਂ ਪਾਉਂਦੇ ਪਏ, ਤੁਸੀਂ ਸ਼ਰਟ 'ਚ ਘੁੰਮਦੇ ਪਏ ਹੋ। ਕਿ ਅਰਲੀ ਮਾਰਨਿੰਗ ਦੇ ਵਿੱਚ ਤਾਂ ਇੱਥੇ ਥੋੜ੍ਹੀ ਠੰਡ ਹੁੰਦੀ ਹੈ, ਬਟ ਵਿੱਚ ਆ ਕੇ ਬਹੁਤ ਗਰਮੀ ਹੋ ਜਾਂਦੀ ਹੈ, ਅਤੇ ਰਾਤ ਨੂੰ ਫਿਰ ਠੰਡ ਹੋ ਜਾਂਦੀ ਹੈ। ਅਰਾਊਂਡ -9 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈਗਾ। ਅਤੇ ਹੁਣ ਹੈਗੇ ਜੀ ਇਸ ਵੇਲੇ ਅਸੀਂ ਕਾਜ਼ਾ ਦੇ ਵਿੱਚ, ਅਤੇ ਹੁਣ ਨਿਕਲਦੇ ਹਾਂ ਜੀ ਅੱਗੇ ਦੇ ਲਈ, ਅਤੇ ਮਿਲਦੇ ਹਾਂ ਤੁਹਾਨੂੰ ਅੱਗੇ, ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਜ ਦਾ ਨਜ਼ਾਰਾ, ਬਣੇ ਰਹੋ ਵਲੌਗ 'ਚ। ਕਾਜ਼ਾ ਤੋਂ ਵੀ ਅਰਲੀ ਜੀ ਮਾਰਨਿੰਗ ਬਹੁਤ ਸੋਹਣਾ ਵਿਊ ਆਉਂਦਾ, ਸਾਹਮਣੇ ਬਰਫ਼ ਪਈ ਹੋਈ ਹੈ, ਬਰਫ਼ ਜਮ ਘੱਟ ਹੈਗੀ ਹੈ ਜੀ, ਅਤੇ ਦੇਖ ਸਕਦੇ ਗਾਇਜ਼ ਇੰਡੀਅਨ ਫਲੈਗਸ ਇੱਥੇ ਬਣੇ ਹੋਏ ਆ, ਦੂਰੋਂ ਦਿਖ ਰਹੇ ਹੈਗੇ ਆ, ਅਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ। ਅਤੇ ਇੱਥੇ ਲਿਖਿਆ ਜੀ ਨਵੋਦਿਆ ਲਿਖਿਆ ਹੈਗਾ ਇੱਥੇ, ਅਤੇ ਦੇਖ ਸਕਦੇ ਗਾਇਜ਼ ਬਰਫ਼ ਪਹਾੜਾਂ 'ਤੇ ਬਰਫ਼ ਹੈਗੀ ਹੈ ਇਸ ਵੇਲੇ। ਔਰ ਬਸ ਹੁਣ ਨਿਕਲਣ ਦੀ ਵਾਰੀ ਹੈ, ਗੱਡੀ ਹੋ ਚੁੱਕੀ ਹੈ ਜੀ ਗਰਮ, ਅਤੇ ਗਰਮ ਕਰਨ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਅਤੇ ਜੀ ਰਸਤੇ ਚੱਲਦੇ ਚੱਲਦੇ ਸਾਨੂੰ ਮਿਲੀ ਜੀ ਆਈਵੈਕਸ, ਇਹ ਹੁੰਦੀ ਇੱਥੇ ਦੀ ਬੱਕਰੀਆਂ ਜੀ ਜੰਗਲੀ, ਅਤੇ ਟਰਾਈ ਕਰਦਾ ਮੈਂ ਤੁਹਾਨੂੰ ਕਲੋਜ਼ਅਪ ਦਿਖਾਉਣ ਦੀ। ਵੈਸੇ ਤਾਂ ਇਹ ਭੱਜ ਜਾਣਗੀਆਂ, ਬਟ ਆਮ ਟਰਾਈਂਗ ਕੀ ਹੈ ਤੁਹਾਨੂੰ ਮੈਂ ਕਲੋਜ਼ਅਪ ਦਿਖਾ ਸਕਾਂ। ਮਤਲਬ ਇੱਕ ਡਿਫਰੈਂਟ ਇਜ਼ਰਾਈਲ ਦਾ ਫੀਲ ਹੈ। ਔਰ ਗਾਇਜ਼ ਲੁੱਕ ਐਟ ਦਾ ਵਿਊ, ਆ ਖੜੀ ਆਪਣੀ ਕਾਰ, ਆਪਾਂ ਨੂੰ ਦੇਖ ਕੇ ਟੈਂਪਰ ਵਾਲੀ ਵੀ ਰੁੱਕ ਗਈ ਹੈ, ਅਤੇ ਬਾਈ ਲੁੱਕ ਐਟ ਦਾ ਵਿਊ ਗਾਇਜ਼। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਲਾਂਗਜ਼ਾ ਪਿੰਡ ਦੇ ਵਿੱਚ। ਆਹ ਥੱਲੇ ਆ ਜੀ ਪਿੰਡ, ਇੱਥੇ ਦੇ ਲੋਕ ਮੇਨਲੀ ਡਿਪੈਂਡ ਹੈਗੇ ਆ ਜੀ ਖੇਤੀ ਦੇ ਉੱਤੇ। ਤੁਸੀਂ ਦੇਖ ਸਕਦੇ ਉਹਨਾਂ ਨੇ ਖੇਤ ਬਣਾਏ ਹੋਏ ਆ ਬਹੁਤ ਵਧੀਆ, ਗੱਡੀ ਕਰਕੇ ਉੱਤੇ ਪਾਕ, ਅਤੇ ਅਸੀਂ ਆ ਰਹੇ ਹਾਂ ਪੈਦਲ। ਸਾਹਮਣੇ ਜੀ ਮਹਾਤਮਾ ਬੁੱਧ ਦੀ ਮੂਰਤੀ, ਚਲੋ ਦੇਖਦੇ ਹਾਂ, ਮੱਥਾ ਟੇਕਦੇ ਹਾਂ, ਅਤੇ ਤੁਹਾਨੂੰ ਵਿਊ ਦਿਖਾਉਂਦੇ ਹਾਂ, ਅਤੇ ਫਿਰ ਚੱਲਦੇ ਹਾਂ ਅੱਗੇ। ਤੁਹਾਨੂੰ ਉਸ ਤੋਂ ਵੀ ਅੱਗੇ ਹਾਇਸਟ ਮੋਟੇਬਲ ਰੋਡ ਦਿਖਾਉਣਾ ਹੈਗਾ ਤੁਹਾਨੂੰ ਅੱਗੇ, ਇੱਥੇ ਹਾਇਸਟ ਜਿਹੜਾ ਮੋਟਰ ਕਨੈਕਟਿਡ ਵਿਲੇਜ ਹੈਗਾ ਤੁਹਾਨੂੰ ਉਹ ਦਿਖਾਵਾਂਗੇ ਇਸ ਤੋਂ ਬਾਅਦ। ਇਸ ਵੇਲੇ ਖੜ੍ਹੇ ਹਾਂ ਜੀ ਅਸੀਂ 14,300 ਫੁੱਟ ਦੀ ਉਚਾਈ ਦੇ ਉੱਤੇ, ਅਤੇ ਮੇਰੇ ਸਾਹਮਣੇ ਦੇਖ ਰਹੇ ਜੀ ਬੁੱਧ ਦੀ ਮੂਰਤੀ ਜਿਹੜੀ ਹੈਗੀ 35 ਫੁੱਟ ਦੀ, ਅਤੇ ਲੁੱਕ ਦਾ ਵਿਊ ਹੈ ਬਹੁਤ ਹੀ ਸੋਹਣਾ ਵਿਊ ਹੈ ਇੱਧਰ ਦਾ। ਮਤਲਬ ਪ੍ਰੋਪਰ ਇੱਕ ਵੈਲੀ ਹੈਗੀ ਹੈ ਬਣੀ ਹੋਈ, 4 ਵਜੇ ਪਹਾੜਾਂ ਦੇ ਉੱਤੇ ਬਰਫ਼ ਪਈ ਹੋਈ ਹੈ, ਮੇਰੇ ਵਿੱਚ ਦੇਖ ਸਕਦੇ ਜੀ ਮੂਰਤੀ। ਬਹੁਤ ਸਾਰੇ ਟੂਰਿਸਟ ਆਏ ਹੋਏ ਆ ਜਿਹੜੇ ਪਿੱਛੇ ਕਲਿੱਕ ਕਰਦੇ ਪਏ ਇੱਥੇ। ਲਓ ਜੀ ਆਪਾਂ ਪਹੁੰਚ ਚੁੱਕੇ ਹੈਗੇ ਹਾਂ ਜੀ ਸਭ ਤੋਂ ਉੱਚਾ ਦੁਨੀਆ ਦਾ ਜਿਹੜਾ ਹੈਗਾ ਜੀ ਪੋਸਟ ਆਫਿਸ, ਜਿਹੜਾ ਨਾਮ ਹੈਗਾ ਜੀ ਹਕਿਮ, ਵਰਲਡ ਹਾਈਐਸਟ ਪੋਸਟ ਆਫਿਸ। ਅਤੇ ਇੱਥੇ ਕੀ ਹੁੰਦਾ ਜੀ, ਲੋਕ ਆਪਣੇ ਪੋਸਟ ਕਾਰਡ ਲੈਂਦੇ ਆ ਅਤੇ ਆਪਣੇ ਚਾਹਵਾਨਾਂ ਨੂੰ ਭੇਜ ਦਿੰਦੇ ਇੱਥੋਂ। ਅਤੇ ਦੇਖਦੇ ਹਾਂ ਅਸੀਂ ਵੀ ਚੱਲਦੇ ਹਾਂ ਕੀ ਪ੍ਰਾਈਜ਼ਿੰਗ ਹੈਗਾ ਇਹਨਾਂ ਦਾ ਪੋਸਟ ਆਫਿਸ ਦਾ, ਪੋਸਟ ਕਾਰਡ ਦਾ। ਆਪਾਂ ਪੋਸਟ ਕਾਰਡ ਲੈਂਦੇ ਹਾਂ ਅਤੇ ਆਪਾਂ ਫਿਰ ਪੋਸਟ ਕਰਦੇ ਹਾਂ ਇਹਨਾਂ ਨੂੰ। ਬਹੁਤ ਸਾਰੇ ਲੋਕ ਇੱਥੇ ਆਏ ਹੋਏ ਆ, ਅਤੇ ਚੱਲਦੇ ਹਾਂ ਨੀਚੇ। ਇੱਥੇ ਲੱਗੇ ਹੋਏ ਜੀ ਬਹੁਤ ਸਾਰੇ ਪੋਸਟ ਕਾਰਡ, ਆਪਾਂ ਵੀ ਲੈਂਦੇ ਹਾਂ ਪੋਸਟ ਕਾਰਡ ਅਤੇ ਪੋਸਟ ਕਰਦੇ ਹਾਂ।
ਪਾਇਆ ਕਿੰਨੇ ਦਾ ਬਾਈ ਇਹ ਹੈ 40 ਦਾ ਇਹ ਜੀ 40 ਰੁਪਏ ਦਾ ਪੋਸਟ ਕਾਰਡ ਇੱਥੇ ਮਿਲਦਾ ਹੈਗਾ ਅਤੇ ਇੱਥੇ ਆਪਾਂ ਭਰ ਦਿੰਦੇ ਹਾਂ ਐਡਰੈਸ ਅਤੇ ਆਹ 30 ਵਾਲੇ ਵੀ ਮਿਲਦੇ ਆ ਇੱਥੇ ਬਾਈ ਕਹਿੰਦਾ 40 ਵਾਲਾ ਵੀ ਹੈਗਾ ਅਤੇ ਆਪਾਂ ਭੇਜ ਦਿੰਦੇ ਜੀ ਪੋਸਟ ਆਫਿਸ ਤੋਂ ਪੋਸਟ ਕਰਦੇ ਹਾਂ ਇੱਕ ਆਪਾਂ ਵੀ ਜੀ ਹੁਣ ਫੜ ਲੱਗੇ ਆ ਪੋਸਟ ਕਾਰਡ ਅਸੀਂ ਲੈ ਲਿਆ ਇੱਥੋਂ ਤੇ ਆਪਾਂ ਵੀ ਪੋਸਟ ਕਰਨ ਲੱਗੇ ਹੈਗੇ ਇੱਕ ਪੋਸਟ ਕਾਰਡ ਇੱਥੇ ਬਾਈ ਭਰ ਰਿਹਾ ਆਪਣਾ ਐਡਰੈਸ ਵਗੈਰਾ ਸਾਰਾ ਅਤੇ ਭੇਜਣ ਲੱਗਾ ਇੱਥੋਂ ਪੋਸਟ ਕਾਰਡ ਸ਼ੁਰੂ ਹੋ ਗਿਆ ਭਾਜੀ ਐਡਰੈਸ ਮੈਂ ਤੁਹਾਨੂੰ ਨਹੀਂ ਦਿਖਾ ਰਿਹਾ ਮੈਂ ਲਿਖਿਆ ਹੈਗਾ ਜੀ ਲਵ ਫਰੋਮ ਹਾਈਐਸਟ ਪੋਸਟ ਆਫਿਸ ਲਵ ਫਰੋਮ ਹਾਈਐਸਟ ਪੋਸਟ ਆਫਿਸ ਆਫ ਦਾ ਵਰਲਡ ਲਵ ਯੂ ਮੋਮ ਐਂਡ ਡੈਡ ਐਂਡ ਲਵ ਟੂ ਮਾਈ ਟੋਮੀ ਸਿੰਘ ਮਿਲਦੇ ਹਾਂ ਜੀ ਜਲਦੀ ਅਤੇ ਚੱਲਦੇ ਹਾਂ ਅੱਗੇ ਕਰਨੇ ਪੋਸਟ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਅਤੇ ਆਪਾਂ ਹੁਣ ਚੱਲਦੇ ਹਾਂ ਜੀ ਨੀਚੇ ਪੋਸਟ ਕਰਨ ਦੇ ਲਈ ਆਪਣਾ ਪੋਸਟ ਕਾਰਡ ਕਿਉਂਕਿ ਪੋਸਟ ਆਫਿਸ ਹੈਗਾ ਜੀ ਨੀਚੇ ਰਸਤਾ ਥੋੜ੍ਹਾ ਖਤਰਨਾਕ ਜਿਹਾ ਬਣਾਇਆ ਇਹਨਾਂ ਨੇ ਐਟਲੀਸਟ ਇੰਨੇ ਆਉਂਦੇ ਆ ਇੱਥੇ ਟੂਰਿਸਟ ਇਹਨਾਂ ਨੂੰ ਥੋੜ੍ਹਾ ਰਸਤਾ ਵਧੀਆ ਬਣਾਉਣਾ ਚਾਹੀਦਾ ਅਤੇ ਚੱਲਦੇ ਹਾਂ ਜੀ ਨਿੱਕੇ ਹਿੱਕੀ ਵਿਲੇਜ ਵੱਲ ਅਤੇ ਦਿਖਾਉਂਦੇ ਹਾਂ ਤੁਹਾਨੂੰ ਪੋਸਟ ਆਫਿਸ ਵੀ ਕਰਿਆ ਪੋਸਟ ਭਾਈ ਜੀ ਕਹਾਂ ਦੇ ਹੋ ਦਿੱਲੀ ਗੁੱਡ ਰਸਤਾ ਖਰਾਬ ਬਣਾਇਆ ਇਹਨਾਂ ਨੇ ਬਹੁਤ ਜ਼ਿਆਦਾ ਟੂਰਿਸਟ ਆਉਂਦਾ ਐਟਲੀਸਟ ਥੋੜ੍ਹਾ ਰਸਤਾ ਵਧੀਆ ਬਣਾ ਚਾਹੀਦਾ ਇਹਨਾਂ ਨੂੰ ਛੋਟੀ ਜਿਹੀ ਕੈਟੀ ਵੀ ਮੈਨੂੰ ਦਿਖ ਰਹੀ ਹੈ ਇੱਥੇ ਤੋ ਜੀ ਇਹ ਹੈ ਰਸਤਾ ਜਿਹੜਾ ਜਾਂਦਾ ਜੀ ਪੋਸਟ ਆਫਿਸ ਵੱਲ ਨੂੰ 50 ਮੀਟਰ ਦੀ ਰਸਤੇ 'ਤੇ ਹੈਗਾ ਇੱਥੋਂ ਬੋਰਡ ਲੱਗਾ ਇੱਥੇ ਅਤੇ 50 ਮੀਟਰ ਵੀ ਬੜਾ ਹੀ ਖਤਰਨਾਕ ਜਿਹਾ ਬਣਾਇਆ ਇਹਨਾਂ ਨੇ ਚੱਲਦੇ ਜੀ ਨੀਚੇ ਹੌਲੀ ਹੌਲੀ ਤੋ ਜੀ ਜਿਹੜਾ ਹਿੱਕੀਮ 'ਚ ਵਰਲਡ ਦਾ ਹਾਈਐਸਟ ਪੋਸਟ ਆਫਿਸ ਹੈਗਾ ਹੈ ਜੀ 14,500 ਫੁੱਟ ਦੀ ਉਚਾਈ 'ਤੇ ਹੈਗਾ ਇਹ ਅਤੇ ਇਹ ਹੈਗਾ ਜੀ ਹਿੱਕੀਮ ਵਿਲੇਜ ਉਹ ਸਾਹਮਣੇ ਦਿਖ ਗਿਆ ਜੀ ਪੋਸਟ ਆਫਿਸ ਬਹੁਤ ਸਾਰੇ ਲੋਕ ਇੱਥੇ ਫੋਟੋ ਖਿਚਾਉਂਦੇ ਪਏ ਆ ਆਪਾਂ ਵੀ ਚੱਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਫੋਟੋ ਖਿਚਾਉਂਦੇ ਹਾਂ ਇੱਥੇ ਅਤੇ ਪੋਸਟ ਕਰਦੇ ਹਾਂ ਆਪਣਾ ਪੋਸਟ ਕਾਰਡ ਜਿਹੜਾ ਅਸੀਂ ਲਿਖਿਆ ਹੈਗਾ ਘਰਦਿਆਂ ਲਈ ਅਤੇ ਇੱਥੇ ਦੇ ਮੇਨ ਲੋਕ ਜਿਹੜੇ ਰਹਿੰਦੇ ਆ ਆਈ ਥਿੰਕ ਜਾਂ ਤਾਂ ਬਾਹਰ ਰਹਿੰਦੇ ਆ ਜਾਂ ਇਹਨਾਂ ਦਾ ਮੇਨ ਕੰਮ ਖੇਤੀ ਹੈਗਾ ਤੁਸੀਂ ਘਰ ਦੇਖ ਸਕਦੇ ਹੋ ਇਸ ਕਿਵੇਂ ਦਾ ਪੋਸਟ ਵੀ ਤੁਹਾਨੂੰ ਦਿਖਾਉਂਦੇ ਬਾਅਦ 'ਚ ਇੱਕ ਮਿੰਟ ਅਸੀਂ ਘਰ ਦੇਖ ਸਕਦੇ ਮਿੱਟੀ ਦਾ ਘਰ ਬਣਿਆ ਹੋਇਆ ਮਤਲਬ ਕਿੰਨੀ ਬਰਫ਼ ਪੈਂਦੀ ਹੋਗੀ ਸਾਹਮਣੇ ਪਹਾੜ ਦੇਖ ਸਕਦੇ ਅਸੀਂ ਆਹ ਬਣਿਆ ਕੈਫੇ ਆਹ ਬਾਈ ਹੁਣੀ ਖਿਚਾਉਂਦੇ ਪਏ ਫੋਟੋਆਂ ਅਤੇ ਇੱਥੇ ਹੋ ਰਹੀ ਇੰਜੋਇਮੈਂਟ ਤੋ ਜੀ ਹੁਣ ਚੱਲਦੇ ਜੀ ਆਪਾਂ ਪੋਸਟ ਆਫਿਸ ਦੇ ਅੰਦਰ ਲਵਾਉਣ ਦੇ ਲਈ ਸਟੈਂਪ ਆਪਣੇ ਪੋਸਟ ਕਾਰਡ ਦੇ ਉੱਤੇ ਅਤੇ ਸਰ ਕੈਸੇ ਹੋ ਆਪ ਆਪਕੋ ਬਹੁਤ ਬਾਰ ਦੇਖਾ ਮੈਨੇ ਯੂਟੀ ਫਿਰ ਉਸਕੋ ਡਾਲ ਦੋ ਬਾਕਸ ਮੇ ਨਾ ਕੈਸੇ ਸਰ ਤੋ ਜੀ ਇੱਥੇ ਨਹੀਂ ਸੀਗਾ ਇਹਨਾਂ ਦੇ ਕੋਲ ਹਲੇ ਸਟੈਂਪ ਨਹੀਂ ਸੀਗੀ ਅਤੇ ਸਟੈਂਪ ਨਹੀਂ ਸੀਗੀ ਇਹਨਾਂ ਕੋਲ ਅਤੇ ਇਹ ਅਨਪੇਡ ਜਾਏਗਾ ਅਤੇ ਜਦੋਂ ਅਸੀਂ ਡਿਲੀਵਰ ਲਾਵਾਂਗੇ ਉੱਥੇ ਡਿਲੀਵਰੀ ਹੋਏਗੀ ਤਾਂ ਉੱਥੇ ਪੇਮੈਂਟ ਲੈਣਗੇ ਉਹ ਪੋਸਟ ਕਾਰਡ ਦੀ ਠੀਕ ਹੈ ਜੀ ਹੁਣ ਆਪਾਂ ਪਾਉਂਦੇ ਇਹਨੂੰ ਪੋਸਟ ਕਾਰਡ ਪੋਸਟ ਆਫਿਸ ਦੇ ਵਿੱਚ ਜਿਹੜਾ ਡਾਕ ਜਿਹਾ ਲੱਗਾ ਇਹਨੇ ਡੱਬਾ ਇੱਕ ਮਿੰਟ ਦੇਗਾ ਆ ਇੱਕ ਮਿੰਟ ਫੜਿਓ ਜਰਾ ਆ ਫੜਿਓ ਬਣਾਇਓ ਲਓ ਜੀ ਆਪਾਂ ਹੁਣ ਪਾਉਣ ਲੱਗੇ ਹਾਂ ਆਪਣਾ ਲੈਟਰ ਪੋਸਟ ਕਾਰਡ ਘਰੇ ਦੇਖਦੇ ਹਾਂ ਸਭ ਤੋਂ ਪਹਿਲਾਂ ਪਹੁੰਚਦਾ ਕਿ ਬਾਅਦ 'ਚ ਪਹੁੰਚਦਾ ਥੈਂਕ ਯੂ ਜੀ ਆ ਬਾਈ ਹੁਣੀ ਹੈਗੇ ਆਪਣੇ ਨਾਲ ਕਿੱਥੋਂ ਚੰਡੀਗੜ੍ਹ ਤੋਂ ਹੈ ਨਾ ਆਪਣੇ ਨਾਲ ਚੰਡੀਗੜ੍ਹ ਆਪਣੇ ਸ਼ਹਿਰ ਦੀ ਹੈ ਬੰਦੇ
ਇਹ ਹੈਗਾ ਜੀ ਹਿੱਕੇ ਮੇਲੇ ਤੋਂ ਅਸੀਂ ਬਾਹਰ ਆ ਰਹੇ ਹਾਂ ਹੁਣ ਅਤੇ ਉਹ ਉੱਥੋਂ ਆਉਂਦੀ ਜੀ ਗੱਡੀਆਂ ਉੱਪਰੋਂ ਅਤੇ ਆਹ ਹੈਗਾ ਜੀ ਹਿੱਕੇ ਵਿਲੇਜ ਅਤੇ ਪੋਸਟ ਆਫਿਸ ਹੈਗਾ ਜੀ ਵਰਲਡ ਦਾ ਹਾਈਐਸਟ ਅਤੇ ਹੋਪ ਕਰਦਾ ਤੁਹਾਨੂੰ ਇਹ ਵਧੀਆ ਲੱਗਾ ਹੋਏਗਾ ਹਾਲੇ ਤੱਕ ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਕੌਮਿਕ ਜਿਹੜਾ ਜੀ ਹਾਈਐਸਟ ਵਿਲੇਜ ਇਨ ਦਾ ਵਰਲਡ ਹੈਗਾ ਹੈ ਜੀ ਜਿਹੜਾ ਕਨੈਕਟਡ ਵਿਦ ਹੈ ਮੋਟਰਬਲ ਰੋਡ ਮਤਲਬ ਇੱਥੇ ਗੱਡੀ ਬੜੇ ਆਰਾਮ ਨਾਲ ਆਉਂਦੀ ਹੈ ਅਤੇ ਰੋਡ ਬਹੁਤ ਵਧੀਆ ਬਣਿਆ ਇੱਥੇ ਪੱਕਾ ਰੋਡ ਬਣਿਆ ਹੋਇਆ ਹੈਗਾ ਅਤੇ ਇੱਥੇ ਖਾਣ ਪੀਣ ਨੂੰ ਵੀ ਕੁਛ ਮਿਲ ਜਾਂਦਾ ਹੈਗਾ ਆਈ ਥਿੰਕ ਸਾਹਮਣੇ ਮੋਨੈਸਟਰੀ ਬਣੀ ਹੈ ਕਿੱਥੇ ਵੀ ਇਹ ਲੋਕਾਂ ਦਾ ਘਰ ਆ ਆਈ ਥਿੰਕ ਰਹਿਣ ਦਾ ਅਤੇ ਵਿਊ ਬਹੁਤ ਸੋਹਣਾ ਇੱਧਰੋਂ ਬਾਈ ਆਪਣੇ ਚੈਨਲ ਦਾ ਸ਼ੂਟ ਕਰਦਾ ਪਿਆ ਅਤੇ ਮੈਂ ਇੱਧਰੋਂ ਕਰਦਾ ਪਿਆ ਸਾਹਮਣੇ ਪਹਾੜਾਂ 'ਤੇ ਬਰਫ਼ ਬਹੁਤ ਸੋਹਣੀ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਵਧੀਆ ਹੈ ਥੋੜ੍ਹਾ ਠੰਡਾ ਹੈਗੀ ਹੈ ਇਹ ਹੈਗਾ ਜੀ ਵਰਲਡ ਹਾਈਐਸਟ ਰੈਸਟੋਰੈਂਟ ਹੈਗਾ ਜੀ ਕੌਮਿਕ ਦੇ ਵਿੱਚ ਬਣਿਆ ਹੋਇਆ ਅਤੇ ਸਾਹਮਣੇ ਇੱਥੇ ਮੋਨੈਸਟਰੀ ਹੈ ਜੀ ਅਤੇ ਦੇਖੋ ਜੀ ਇੱਕ ਪਾਸੇ ਪੂਰੇ ਹਰਿਆਲੀ ਹਰਿਆਲੇ ਪਹਾੜ ਹੈਗੇ ਆ ਇੱਕ ਪਾਸੇ ਹੈਗੇ ਜੀ ਪੂਰੇ ਬਰਫ਼ ਵਾਲੇ ਪਹਾੜ